ਸਾਲੇ ਖਾਰ ਖਾਂਦੇ ਆ ਪਤਾ ਨਹੀਂ ਆ ਦੇਖੋ ਦੁਨੀਆ ਖਾਰ ਇੰਨੀ ਖਾਂਦੀ ਆ ਪੰਜਾਬੀ ਬੰਦਾ ਹੀ ਤੋੜ ਕੇ ਗਿਆ ਸਭ ਤੋਂ ਤਗੜੀ ਪੂਜਾ ਸਾਲ ਚ ਇੱਕ ਵਾਰ ਆਉਂਦੀ ਹੈ ਜੀ ਆ ਦੇਖਿਓ ਜ਼ਰੂਰ ਜਿਹਨੇ ਕਲਕੱਤੇ ਆਉਣਾ ਪੰਜਾਬ ਵਾਲੇ ਵੀਰਾਂ ਨੇ ਜ਼ਰੂਰ ਇਹਦੇ ਨਾਲ ਕੰਟੈਕਟ ਕਰਿਓ ਮੈਂ ਘੁੰਮਣ ਦੀ ਗਰੰਟੀ ਲਊਂਗਾ ਉਹਨਾਂ ਦੀ ਟੈਨਸ਼ਨ ਨਹੀਂ ਲੈ ਤੇ ਆ ਗੋਰੇ ਗੋਰੇ ਵੀ ਆਏ ਵੀ ਆ ਦੇਖੋ ਟਾਈਮ ਬਾਈ ਰਾਤ ਦੇ ਵੱਜ ਕੇ ਡੇਢ ਤੇ ਰਾਤ ਦੇ ਡੇਢ ਵਜੇ ਦਾ ਇੰਨਾ ਮਾਹੌਲ ਹੈ ਲਓ ਜੀ ਸੋਹਣਿਆ ਬੋਰਡ ਦੀ ਧਵਾਈ ਹੋ ਰਹੀ ਹੈ ਸ਼ਾਮ ਨੂੰ ਹੁਣ ਜਾਣਾ ਆਪਾਂ ਨੇ ਘੁੰਮਣ ਇਸੀ ਪਾ ਜਾਣਾ ਆਪਾਂ ਨੇ ਹੁਣ ਠੀਕ ਆ ਸਿਮੂ ਧੋ ਰਿਹਾ ਕੱਲ ਦਾ ਲਿਬੜ ਬਹੁਤਾ ਵਾ ਤੇ ਬਾਕੀ ਉਰੇ ਇਹੋ ਜਿਹੀਆਂ ਬਿਲਡਿੰਗ ਆਉਂਦੀਆਂ ਬਾਈ ਐਕਣਾ ਘਰ ਹੁੰਦੇ ਛੋਟੇ ਛੋਟੇ ਹਰੇਕ ਦਾ ਆਪਣਾ ਆਪਣਾ ਅਪਾਰਟਮੈਂਟ ਹੁੰਦਾ ਠੀਕ ਹੈ ਆਪਾਂ ਵਾਲੀ ਬਿਲਡਿੰਗ 'ਚ ਰਹਿੰਦੇ ਇੱਧਰ ਵਾਲੀ 'ਚ ਇੱਧਰ ਉੱਪਰ ਜਾ ਕੇ ਜਿੰਨੀ ਉੱਚੀ ਵਾਲੀ ਇੰਨੀ ਉਹ ਸਾਹਮਣੇ ਵਾਲੀ ਆ ਠੀਕ ਹੈ ਆਓ ਜੀ ਸੋਹਣੇ ਹੋ ਗਏ ਤਿਆਰ ਆਪਾਂ ਠੀਕ ਹੈ ਜੀ ਚੱਲੇ ਬਾਈ ਨਾਈਟ ਆਊਟ ਲਈ ਪੜਨਾ ਠੀਕ ਹੈ ਬਾਈ ਪੱਗ ਪੁੱਗ ਨਹੀਂ ਬੰਨੀ ਹੈਗੀ ਯਾਰ ਟਾਈਮ ਲੱਗ ਜਾਂਦਾ ਸਾਰੀ ਰਾਤ ਘੁੰਮਣਾ ਔਖਾ ਹੋ ਜਾਂਦਾ ਹਲੇ ਪੱਕਾ ਕੋਈ ਠੀਆ ਨੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਫਿਰ ਦੇਖਦੇ ਆ ਅੱਗੇ ਕਿਆ ਚੀਜ਼ ਆ ਟਾਈਮ ਬਾਈ ਰਾਤ ਦੇ ਵੱਜ ਕੇ ਡੇਢ ਤੇ ਰਾਤ ਦੇ ਡੇਢ ਵਜੇ ਦਾ ਇੰਨਾ ਮਾਹੌਲ ਹੈ ਸਾਰੀ ਦੁਨੀਆ ਬਾਹਰ ਨਿਕਲੀ ਵੀ ਆ ਘਰਾਂ ਕੋਈ ਨਹੀਂ ਹੈਗਾ ਘਰਾਂ ਲੱਗੇ ਵੀ ਜਿੰਦੇ ਅਤੇ ਤੁਸੀਂ ਬਾਕੀ ਰੌਣਕ ਮੇਲਾ ਦੇਖੋ ਉਰੇ ਸਾਰੀ ਦੁਨੀਆ ਉਰੀ ਫਿਰਦੀ ਆ ਸਾਰੇ ਤਿਆਰ ਤੁਰ ਹੋ ਕੇ ਐਨ ਪੂਰੇ ਵਧੀਆ ਨਵੇਂ ਕੱਪੜੇ ਪਾ ਕੇ ਘੁੰਮਣ ਆਉਂਦੇ ਉਰੇ ਬਾਕੀ ਇੱਧਰ ਛੋਟੇ ਝੂਮਰ ਲੱਗੇ ਹੋਏ ਆ ਬੜੇ ਝੂਮਰ ਅੰਦਰ ਲੱਗੇ ਹੋਏ ਆ ਠੀਕ ਆ ਪੂਰਾ ਵਧੀਆ ਮਾਹੌਲ ਹੈ ਟੂਰਿਸਟ ਬਹੁਤ ਆਉਂਦਾ ਉਰੇ ਗੋਰੇ ਗੋਰੀਆਂ ਸਾਰੇ ਆਉਂਦੇ ਬਾਈ ਬਾਕੀ ਤੁਸੀਂ ਭੀੜ ਭੁੜ ਦੇਖ ਲਓ ਵੀ ਡੇਢ ਵਜੇ ਇੰਨੀ ਕੁ ਭੀੜ ਹੈ ਇਹ ਸਾਰੇ ਹੀ ਰਾਤ ਚੱਲੀ ਹੋ ਜਾਣਾ ਇੱਕ ਨਹੀਂ ਕੰਮ ਸਵੇਰ ਦੀ ਇੱਕ ਨਹੀਂ ਚੱਲਣਾ ਸਾਰਾ ਕੁਛ ਅਤੇ ਹੁਣ ਤੱਕ ਦੇਖਣ ਵਾਲੀ ਸਭ ਤੋਂ ਬੜੀ ਮੂਰਤੀ ਬਣਾਈ ਹੋਈ ਐਨ ਪੂਰੀ ਡੈਕੋਰੇਸ਼ਨ ਦੇਖੋ ਉੱਪਰ ਝੂਮਰ ਝਾਮਰ ਲੱਗੇ ਵੇ ਐਨ ਵਧੀਆ ਪੇਂਟਿੰਗ ਹੈ ਪੇਂਟਿੰਗ ਸਾਰੀ ਆ ਜਿੰਨਾ ਵੀ ਤੁਸੀਂ ਦੇਖ ਰਹੇ ਹੈ ਇਹ ਪਿਛਲੇ 3-4 ਮਹੀਨਿਆਂ ਤੋਂ ਬਣ ਰਿਹਾ ਤਿਆਰ ਹੋ ਗਿਆ ਹੁਣ ਇਹ ਬਾਅਦ ਦੁਸ਼ਹਿਰੇ ਦੇ ਬਾਅਦ ਸਭ ਕੁਝ ਢਾਲਣਾ ਇਹਨਾਂ ਨੇ ਜਲ ਪ੍ਰਵਾਹ ਕਰਨਾ ਜਾਣੀ ਕਿ ਐਨ ਪੂਰਾ ਵਧੀਆ ਕਾਰੋਬਾਰ ਕੰਮਕਾਰ ਬਹੁਤ ਪੈਸਾ ਲਾਉਂਦੇ ਬਾਈ ਹੁਣ ਦੇਖ ਲਓ ਝੂਮਰ ਝਾਮਰ ਜੇ ਕਿੰਨੇ ਮਹਿੰਗੇ ਹੋਊਗੇ ਇਹ ਅਗਾਂਹ ਮੂਰਤੀ ਦੇਖੋ ਕਿੰਨੀ ਸੋਹਣੀ ਅਤੇ ਆ ਗੋਰੇ ਗੋਰੇ ਵੀ ਆਏ ਵੇ ਦੇਖੋ ਠੀਕ ਹੈ ਬਾਕੀ ਆ ਮਤਲਬ ਦੇਖ ਲਓ ਕਿੱਡਾ ਬੜਾ ਹੈ ਠੀਕ ਹੈ ਜੀ ਗੋਰੇ ਗੋਰੇ ਘੁੰਮਣ ਆਉਂਦੇ ਐਨ ਪੂਰਾ ਵਧੀਆ ਬਾਈ ਉਰੇ ਠੰਡਾ ਪੀ ਰਿਹਾ ਗਾਈਸ ਬਾਕੀ ਦੇਖੋ ਸੋਹਣਿਓ ਪੂਰਾ ਮੇਲਾ ਭਰਿਆ ਵਾ ਪੰਜਾਬੀ ਵੀ ਬਹੁਤ ਨੇ ਉਰੇ ਇਹੋ ਜਿਹੀ ਗੱਲ ਨਹੀਂ ਵੀ ਪੰਜਾਬੀ ਨਹੀਂ ਹੈਗੇ ਉਰੇ ਪੂਰੀ ਭੀੜ ਹੈ ਨਾ ਏ ਟੂ ਜੈਡ ਹਰੇਕ ਤਰ੍ਹਾਂ ਦੇ ਲੋਕ ਆ ਉਰੇ ਬਾਈ ਆਪਾਂ ਚੱਲੇ ਹੁਣ ਗਾਹਾਂ ਹੋਰ ਜਾ ਕੇ ਦੇਖ ਕੇ ਆਉਂਦੇ ਪੂਜਾ ਠੀਕ ਹੈ ਨਿਕਲ ਗਏ ਹੁਣ ਤੋਂ ਆਓ ਜੀ ਸੋਹਣਿਓ ਨਿਕਲ ਗਏ ਤੁਸੀਂ ਆਪ ਵੀ ਦੇਖ ਲਓ ਹੋਰ ਵੀ ਹਾਰ ਸ਼ਿੰਗਾਰ ਪੂਰਾ ਕਰਿਆ ਵਧੀਆ ਹੈ ਨਾ ਉਹ ਪਟਾਕੇ ਪਟੂਕੇ ਨਾ ਪਾਇਓ ਕੋਈ ਹਾਂ ਉਹੀ ਕੋਈ ਨਾ ਪਾਇਓ ਹਾਂ ਗਰੀ ਮੁੰਡੇ ਨੇ ਸਿਆਣੀ ਗੱਲ ਆ ਵੀਰੇ ਤੇ ਬੁੱਢੇ ਦੀ ਕਿਸੇ ਨੈਟਾਂ ਤੋੜਦੀਆਂ ਢੱਗੇ ਵਾਲੇ ਸਾਲੇ ਖਾਰ ਖਾਂਦੇ ਆ ਪਤਾ ਨਹੀਂ ਆਹ ਦੇਖੋ ਦੁਨੀਆ ਖਾਰ ਇੰਨੀ ਖਾਂਦੀ ਆ ਪੰਜਾਬੀ ਬੰਦਾ ਹੀ ਤੋੜ ਕੇ ਗਿਆ ਸੋਚੋ ਦੋ ਇੰਡੀਕੇਟਰ ਤੋੜਦੇ ਰੈੱਡ ਲਾਈਨ ਹੋਰ ਇਹ ਸਭ ਤੋਂ ਤਗੜੀ ਪੂਜਾ ਸਾਲ 'ਚ ਇੱਕ ਵਾਰ ਆਉਂਦੀ ਹੈ ਜੀ ਆਹ ਦੇਖਿਓ ਜ਼ਰੂਰ ਜਿਹਨੇ ਕਲਕੱਤੇ ਆਉਣਾ ਪੰਜਾਬ ਵਾਲੇ ਵੀਰਾਂ ਨੇ ਜ਼ਰੂਰ ਇਹਦੇ ਨਾਲ ਕੰਟੈਕਟ ਕਰਿਓ ਮੈਂ ਘੁੰਮਣ ਦੀ ਗਰੰਟੀ ਲਊਂਗਾ ਉਹਨਾਂ ਦੀ ਟੈਨਸ਼ਨ ਨਹੀਂ ਲੈ ਸਕੂਟਰ ਨਾਲ ਬੁਲਟ ਕਰਾ ਰੱਖਿਆ ਬਾਈ ਸਾਡਾ ਬਾਈ ਨੇ ਬਾਈ ਬੁਲਟ ਕਰਾ ਰੱਖਿਆ ਵਾ ਸਕੂਟਰ ਆ ਜਾ ਉਹਦੇ
ਆਪਾਂ ਵੀਰ ਪੰਜਾਬ ਤੋਂ ਆਇਆ, ਮੇਰਾ ਇਹ ਸਕੂਟਰ ਦਾ ਫੈਨ ਆ ਤਾਂ ਕਰਕੇ। ਆਹ ਦੇਖੋ ਬਾਈ ਪਿੱਛੇ ਵਾਲੇ ਵੀਰ ਨੂੰ ਦਿਖਾ, ਆਹ ਕੈਨੇਡਾ ਤੋਂ ਆਇਆ ਵੀਰ ਸਪੈਸ਼ਲ ਪੂਜਾ ਦੇਖਣ। ਸੱਤਾ ਜੀ ਮੈਂ ਡੋਲਾ ਬੋਲਦਾ, ਮੇਰੇ ਤਾਂ ਡੋਲਾ ਉਹ ਇੱਧਰ ਨੂੰ ਓਏ ਇੱਧਰ ਨੂੰ ਇਹ ਰਾਹੁਲ ਜੀ ਜਾਂਦੇ ਬਾਈ ਚੱਲਿਆ ਵਾਗ, ਪਤਾ ਲੱਗਦਾ ਨਹੀਂ ਕਿੱਥੇ ਜਾਣਾ। ਚਲੋ ਚਲੋ ਸਿੱਧਾ ਹੀ ਚੱਲੋ ਯਾਰ। रौनक मेला दिख गया, मन खुश है वरा कलकत्ते आ गए, बढ़िया वरा आई होना चाहिए। और जेरे वीर भरा देखूंगे पक्का वीर, एक बार कलकत्ता घूम के जायो, बहुत बढ़िया जगह है। ਪੰਜਾਬ ਵਰਗਾ ਆਪਣਾ ਦੇਸ਼ ਨੀ, ਉਵੇਂ ਤਾਂ ਗੱਲ ਦੀ ਗੱਲ ਆ, ਪੰਜਾਬ ਆਪਣਾ ਰੂਹ ਵਸਦੀ ਆ, ਉਵੇਂ ਇੱਥੇ ਵੀ ਕੁਛ ਰੂਹਾਂ ਵਸਦੀਆਂ, ਉਹ ਵੀ ਦੇਖ ਕੇ ਜਾਇਓ ਫਿਰ। ਠੀਕ ਹੈ, ਇਹ ਆਪਣਾ ਵੀਰ ਬਜ਼ਾਰ ਰਾਜਸਥਾਨ ਦਾ ਹੈ ਰਹਿਣ ਵਾਲਾ, ਪੰਜਾਬ ਚ। ਠੀਕ ਹੈ ਬਾਈ, ਪੂਰਾ ਨਜ਼ਾਰਾ ਲੈ ਰਹੇ ਬਾਈ ਉਰੇ ਉਰੇ ਆਪਣੇ ਕਿਆ ਕਹੀਏ, ਬਸ ਆ ਕੇ ਪਤਾ ਲੱਗ ਪਾ, ਵਧੀਆ ਸੀਨ ਹੈ ਸਾਰਾ। ਉਹਨਾਂ ਦੇ ਪਟਾਕੇ ਸੁਣਦੇ ਆ, ਆ ਦੇਖ ਬਾਈ ਆਪਣਾ ਸੁੱਖੂ ਪੰਜਾਬ ਤੋਂ ਆ, ਇਹ ਸਾਰੇ ਪੰਪ ਲਾ ਕੇ ਘਰਾਂ ਤੋਂ ਕੱਢਦਾ, ਫਿਰ ਤਾਂ ਅਸੀਂ ਸਾਊ ਬਣ ਕੇ ਰਹਿੰਦੇ। ਇਹ ਮਤਲਬ ਸਾਰਿਆਂ ਨੂੰ ਅਜੇਜਮੈਂਟ ਆ, ਪ੍ਰਧਾਨ ਆ ਸਾਡਾ ਇੱਕ ਤਰ੍ਹਾਂ ਦਾ, ਇਹ ਮੁਖੀਆ ਸਾਡਾ, ਮੁਖੀਆ ਸਾਡਾ ਵਾ। ਇਹ ਮੁੰਡੇ ਨੇ 2 ਮਹੀਨੇ ਬਾਅਦ ਬਾਹਰ ਚਲੇ ਜਾਣਾ, ਬਸ ਇੱਥੇ ਐਂ ਚੱਲਦਾ, ਹੁਣ ਸਾਰੇ ਬਾਹਰ ਨੂੰ ਜਾ ਰਹੇ ਆ ਘੁੰਮਣ ਫਿਰਨ। ਠੀਕ ਆ, ਬਸ ਫਿਰ ਬਾਕੀ ਜਣੇ ਆ ਗਏ, ਉਹ ਵੀਰਾ ਜਿਵੇਂ ਕੈਨੇਡਾ ਛੱਡ ਕੇ ਆ ਗਿਆ, ਉਰੇ ਕਾਰੋਬਾਰ ਕਰ ਲਿਆ ਵੀਰੇ ਨੇ। ਠੀਕ ਆ, ਸੋਹਣੇ ਘੁੰਮਣ ਦੇ ਘੁੰਮਾਉਂਦੇ ਇੱਕ ਜਗ੍ਹਾ ਹੋਰ ਆ ਗਏ, ਅਤੇ ਸਵੇਰ ਦੇ ਵੱਜ ਗਏ 4, ਅਤੇ ਹੁਣ ਮੇਲਾ ਉਰੇ ਦੁਕਾਨਾਂ ਦੁਕਾਨਾਂ ਖਾਸੀਆਂ ਹੈ। ਠੀਕ ਆ, ਉਹ ਦੇਖ ਦੇਖਾਂ 3 ਲੈ ਇਹ ਖਾਣ ਲੱਗਿਆ ਬਾਈ, ਬੁੜੀ ਦੇ ਵਾਲ। ਠੀਕ ਹੈ, ਅਤੇ ਬਾਕੀ ਆ ਦੇਖੋ ਉਰੇ ਕਾਲਜ ਆਪਣਾ ਮਾਹੌਲ ਮੂਲ ਸਾਰਾ, ਯਾਨੀ ਕਿ ਉਰੇ ਹੈਗਾ ਹੈ ਆਲੀ ਮਾਰਕੀਟ ਮਾ, ਬਾਕੀ ਦੁਕਾਨਾਂ ਦੁਕਾਨਾਂ ਦੇਖ ਲਓ ਉਰੇ। ਠੀਕ ਹੈ, ਵਧੀਆ ਖਾਣ ਪੀਣ ਦਾ ਪ੍ਰਬੰਧ ਕਰਿਆ ਵਾ ਇਹਨਾਂ ਨੇ, ਫਰੀ ਕੁਛ ਵੀ ਨਹੀਂ ਹੈਗਾ, ਸਾਰਾ ਪੈਸੇ ਮੈਂ। ਠੀਕ ਹੈ ਜੀ, ਅਤੇ ਬਾਕੀ ਆਪਾਂ ਵੀ ਗਾਹਾਂ ਜਾ ਕੇ ਕੁਛ ਖਾਂਦੇ, ਭੁੱਖ ਲੱਗੀ ਵੀ ਕਿਉਂਕਿ ਤੜਕੇ ਦਾ ਟਾਈਮ ਹੋ ਗਿਆ। ਹਾਂ ਖਾ ਲੈਣੇ, ਭੁੱਖ ਲੱਗੀ ਵੀ ਖਾਣਾ ਕੁਛ ਪੰਜਾਬ ਵਾਲੇ ਹੋ, ਖਾਣਾ ਖਾ ਭੁੱਖ ਲੱਗੀ ਪੰਜਾਬ ਵਾਲਾ ਜਿਹੜਾ ਫੇਮਸ ਆ, ਕੀ ਨਾਮ ਆ, ਕੀ ਹਾਲ ਚਾਲ ਦੋਸਤੋ, ਖਾਣਾ ਕਬਾਬ ਕਬੂਬ, ਚਲੋ ਖਾ ਲਓ ਚਿਕਨ ਕਬਾਬ ਬਾਈ, ਸਾਰੇ ਚਿਕਨ ਦੇ ਕਬਾਬ ਬਣਦੇ ਆ, ਰੇਸ਼ਮੀ ਹਰਿਆਲੀ ਲਾਲ, ਤੇ ਬਾਕੀ ਕੋਕਟੇਲ ਮੋਕਟੇਲ ਇੱਧਰ ਹੈ, ਮੋਕਟੇਲ ਬਾਰ ਸਾਰਾ ਇੱਧਰ ਹੈ। ਬਸ ਬਾਈ ਘੀ ਲਾ ਕੇ ਨਾ ਭੁੰਨ ਕੇ ਦਊਗਾ ਹੁਣ ਮਾਰ ਕੇ ਐਨ ਵਧੀਆ ਬਣਾ ਕੇ। ਅਤੇ ਲਓ ਜੀ ਸੋਹਣੇ, ਕਬਾਬ ਰੈਡੀ ਹੋ ਗਿਆ, ਕਬਾਬ ਮਸਾਲਾ ਕਬਾਬ ਇਹਨੂੰ ਖਾਓਗੇ ਆਪਾਂ, ਚਟਣੀਆਂ ਨਾਲ ਪਿਆਜ਼ ਦੇ ਵੀ ਇਹਨਾਂ ਨੇ। ਲਓ ਜੀ ਬਾਈ ਇੱਕ ਹੋਰ ਪੰਡਾਲ 'ਚ ਪਹੁੰਚ ਗਏ, ਪੰਡਾਲ ਕਹਿੰਦੇ ਆ, ਮੇਰੀ ਮਜ਼ੀ ਯਾਦ ਹੋ ਜਾਣਾ, ਅਤੇ ਬਾਕੀ ਮਹਿੰਦਰ ਵਾਲੇ ਨੇ ਮਤਲਬ ਦਾ ਸਪੋਂਸਰ ਕਰਿਆ ਹੋਊਗਾ ਕਿਉਂਕਿ ਇਹਨਾਂ ਨੇ ਆਪਣੀ ਕਾਰ ਦੀ ਮਸ਼ਹੂਰੀ ਵੀ ਦੇਤੀ। ਉਹ ਦੇਖੋ ਖੜੀ ਭਾਈ ਵਡੋਰ ਥਾਰ ਰੋਕਸ, ਇੱਧਰ ਮਹਿੰਦਰਾ ਸਕਾਰਪੀਓ। ਠੀਕ ਹੈ, ਬਾਕੀ ਆਪਾਂ ਅੰਦਰ ਚੱਲਦੇ ਹਾਂ, ਅੰਦਰ ਦੇਖ ਕੇ ਆਉਂਦੇ ਦੁਰਗਾ ਪੂਜਾ। ਆ ਵੀ ਤਕੜਾ ਵਧੀਆ ਐਨ ਖੂਬਸੂਰਤ ਬਣਾਇਆ ਵਾ ਪੂਰਾ, ਉੱਧਰੋਂ ਵੀ ਆਉਂਦੇ ਲੋਕ, ਇੱਧਰੋਂ ਵੀ ਆਉਂਦੇ ਆ, ਦੁਵੱਲੇ ਦੀ ਐਂਟਰੀ ਆ। ਉਹ ਦੇਖ ਮਾਂ ਦੁਰਗਾ ਦੀ ਮੂਰਤੀ, ਤੇ ਬਾਕੀ ਆਹ ਕਲਾਕਾਰੀ ਦੇਖੋ ਬਾਈ, ਇਹ ਵੀ ਹੱਥਾਂ ਨਾਲ ਤਿਆਰ ਕਰੀ ਵੀ ਸਾਰੀ ਪੈਂਟੀ ਜੇ ਵੀ ਜੱਟ, ਅਤੇ ਉੱਧਰ ਵੀ ਹੱਥਾਂ ਨਾਲ ਕਰੀ, ਉੱਧਰ ਵਾਲੀ ਵੀ ਆ ਵੀ ਹੈ ਨਾ, ਅੱਛਾ
ਤੇ ਬਾਕੀ ਇੱਕ ਆਹ ਝੂਮਰ ਬਣਾਇਆ ਵਾ ਇੱਕ ਆਹ ਹੈ ਜੀ ਸਾਹਮਣੇ ਵੀ ਬੇਟੀ ਬਹੁਤ ਬੜੀ ਬਾਕੀ ਤੁਸੀਂ ਆਹ ਕਲਾਕਾਰ ਜੀ ਦੇਖੋ ਬਾਈ ਹੱਥਾਂ ਨਾਲ ਤਿਆਰ ਹੁੰਦੀ ਸਾਰੀ ਜਿੰਨੀਆਂ ਵੀ ਗੁੱਡੀਆਂ ਆਹ ਦੇਖੋ ਕਿੰਨੀ ਸੋਹਣੀ ਡਰਾਇੰਗ ਕਰੀ ਵੀ ਸਾਰੀ ਹੱਥਾਂ ਦੀ ਕਲਾਕਾਰੀ ਏ ਟੂ ਜ਼ੈਡ ਉਹ ਦੇਖੋ ਜੀ ਬਹੁਤ ਸੋਹਣਾ ਬਣਾਇਆ ਵਾ ਬਹੁਤ ਮਿਹਨਤ ਕਰਦੇ ਬਾਈ ਤਾਂ ਹੀ ਸਿੰਮੂ ਸੱਚੀ ਕਹਿੰਦਾ ਵੀ ਕਹਿੰਦਾ ਪੈਸਾ ਬਹੁਤ ਲੱਗਦਾ ਲਾਉਣਾ ਵੀ ਆ ਬਾਈ ਦੇਖਦਾ ਲੱਗਿਆ ਵਾ चलिए चलो भाई निकल गया आप हूं उसे अच्छा मॉर्निंग की प्रेयर हो रही है भाई कहता भाई मॉर्निंग की प्रेयर हो रही है हम तड़का हो गया ना जिन्हें अपने तड़कन पाठ होंगे उमें तड़के मतलब सारा दिन में कि पूजा होनी है सारा दिन तो तीन चार बार हो जाती है अच्छा हाँ जी ठीक है भाई यार वधिया निशाने भाई के मुकाबले चलने लगे भाई बारी बारी मारे हो ना कल्ला कल्ला करके शूटर हरियाणवी शूटर हां 20 10 ਕਿਹੜਾ ਮਾਰਦਾ ਗਰੇ ਚੰਦ ਉਹ ਹੀ ਮਾਰ ਉਹਦੀ ਨਿੱਕੀ ਹੁਣ ਕਿਹੜਾ ਮਾਰ ਰਿਹਾ ਹਰਾ ਮਾਰਦਾ ਆ ਫਰੰਟ ਤੇ ਹਰਾ ਮਾਰਾ ਦੇ ਫਰੰਟ ਤੇ ਮਾਰਦਾ ਆ ਫਰੰਟ ਤੇ ਪਿੰਕ ਮਾਰ ਉਹ ਪਿੰਕ ਟੇਡਾ ਯਾਰ ਟੇਡਾ ਹੋ ਜਾਏਗਾ ਫਿਰ ਉਹ ਨੀਲਾ ਹੀ ਮਾਰ ਭਾਈ ਨਿੱਕੀ ਨੇ ਮਾਰਨਾ ਨੀਲਾ ਇਹ 2 ਪੁਆਇੰਟ ਆ ਭਾਈ ਅਭੀ ਕੋਈ ਇਸ ਵੀਡੀਓ ਉਹ 2 ਪੁਆਇੰਟ ਆ ਮੇਰੇ ਦੇਖ ਲਈ ਹਾਂ ਸਿੰਮੀ ਸਿੰਮੀ ਸ਼ੂਟਰ ਹਰਿਆਣਵੀ ਦੇ 2 ਪੁਆਇੰਟ ਮਾਰ ਮੰਟੋ मैं महाभारत अर्जुन कहते निकी हम बजने भी नहीं महाभारत अर्जुन नहीं लगी लगी ने कैमरा बड़ी आंदा ब्रे वीडियो दस ब्रे हूं फिर ब्रे ब्रेक ही मार ब्रेक मार दे हूं लग जाएगा अगर लग नहीं जा रही है मार दे मार कर कौन देते हो तक मेरे दो ही तीसरी बारी आ ओ जी बाबे ओ चले आप हम निशाने नु सुने लागे हम देखदे हां रोटी खानी है घर नु जाना गैलरी नाम की बिल्डिंग वाली आ वाली आखनी लाइन में गांव अपना मोटरसाइकिल खड़ा है हम देखते ना रोटी खानी घर जाना क्योंकि टाइम सवेर दे चार क्योंकि टाइम हो गया सवेर के पौने पांच हो गए तो इन्नी रौनक मेली होगी भाई सारी दिन रात घूम ही आने उरे
ਜੀ ਸੁਣਿਓ ਘਰਾਂ ਪਹੁੰਚ ਚੱਲੇ ਆਪਾਂ ਹੁਣ ਦਿਨ ਚੜ੍ਹਿਆ ਆ ਜਣੀ ਕਿ ਹੁਣ ਲਾਈਟਾਂ ਬੰਦ ਹੋ ਜਾਣੀਆਂ ਅੱਧੇ ਘੰਟੇ ਤੱਕ ਦਾ ਜੀ ਸਾਰੀ ਰਾਤ ਘੁੰਮ ਕੇ ਹੁਣ ਦਿਨ ਸਾਰੀ ਰਾਤ ਘੁੰਮੇ ਆ ਹੁਣ ਵਿਹਲੇ ਹੋ ਕੇ ਹੁਣ ਜਾ ਕੇ ਸੌਂਜੇ ਫਿਰ ਸ਼ਾਮ ਨੂੰ ਉੱਠ ਕੇ ਫਿਰ ਘੁੰਮਾਂਗੇ ਫਿਰ ਸ਼ਾਮ ਨੂੰ ਉੱਠ ਕੇ ਫਿਰ ਘੁੰਮ ਕੇ ਆਵਾਂਗੇ ਚੱਲੋ ਨਵੀਂ ਜਗ੍ਹਾ ਵਾ ਚੱਲੋ ਫਿਰ ਹੋਰ ਕਿਵੇਂ